السلام علیکم دوستو ਤੁਹਾਡਾ ਭਰਾ ਮੋਨੋਟਾਈਜ਼ ਉਰਫ ਗੁਰਾਣਾ ਅੱਜ ਕਾਫੀ ਸਾਰੇ ਦਿਨਾਂ ਤੋਂ ਬਾਅਦ ਵੀਡੀਓ ਲੈ ਕੇ ਹਾਜ਼ਰ ਹੋਇਆ ਤੋ ਮਿਹਨਤ ਕਰਨਾ ਹੈ ਮੇਰੇ ਦੋਸਤਾਂ ਭਰਾਵਾਂ ਨੂੰ ਬਹੁਤ ਸਾਰੀ ਪਸੰਦ ਆਸੀ ਤੇ ਇਹ ਬਹੁਤ ਹੀ ਦਿਲਚਸਪ ਇੰਟਰਸਟਡ ਵੀਡੀਓ ਹੈ ਤੇ ਆ ਜਗਾ ਤੁਸੀਂ ਵੇਂਦੇ ਪੈਸੋ ਇਹ ਬਾਗ ਸਾਡੀਆਂ ਪੁਰਾਣੀਆਂ ਵੀਡੀਓ ਵੇਖਸੋ ਤੇ ਇਸ ਜਗਾ ਤੇ ਅਸਾਂ ਬਣਾਈ ਆਗੇ ਲੇਕਿਨ ਉਹਨਾਂ ਵੀਡੀਓ ਤੇ ਅਸਾਂ ਕਾਫੀ ਸਾਰੀ ਮਿਹਨਤ ਕੀਤੀ ਹੈ ਤੇ ਇਸ ਜਗਾ ਤੇ ਆਵਨ ਆਸਤੇ ਵੀ ਸਾਨੂੰ ਕਾਫੀ ਸਾਰਾ ਟਾਈਮ ਲੱਗਦਾ ਹੈ ਤੇ ਅੱਜ ਦੀ ਵੀਡੀਓ ਜਨਾਬ ਮੈਂ ਆਦੇ ਦੋਸਤਾਂ ਭਰਾਵਾਂ ਨੂੰ ਦੱਸਦਾ ਜਾਵਾਂ ਕਿ ਕਿਸ ਟੌਪਿਕ ਤੇ ਬਣਾਈ ਹੈ ਤੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਥੋੜੀ ਜੀ ਛੋਟੀ ਜੀ ਰਿਕੁਐਸਟ ਕਰਨਾ ਕਿ ਜਿਹੜੇ ਦੋਸਤੋ ਭਰਾਵਾਂ ਸਾਡਾ ਚੈਨਲ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲੇ ਕਰ ਲਵੋ ਕਿਉਂਕਿ ਹਰ ਨਵੀਂ ਤੋਂ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਜਨਾਬ ਮੈਂ ਸ਼ੁਰੂ ਕਰਨ ਤੋਂ ਪਹਿਲੇ ਆਦੇ ਦੋਸਤਾਂ ਨੂੰ ਇਹ ਆਖਸਾਂ ਵੀ ਥੋੜੀ ਜੀ ਸਾਡੇ ਆ ਕੇ ਦੁਆ ਕਰਿਆ ਵੀ ਅਲੀ ਭਾਈ ਦੀ ਤਬੀਅਤ ਕਾਫੀ ਸਾਰੀ ਖਰਾਬ ਹੈ ਤੇ ਟੈਨਸ਼ਨ ਹੈ ਚਾਹਗੇ ਨੇ ਤੁਸੀਂ ਵੇਂਦੇ ਪਿਓ ਇਸ ਟਾਈਮ ਅਸੀਂ ਬਾਗ ਦੇ ਵਿੱਚ ਬੈਠੇ ਆਂ ਤੇ ਕੁਝ ਵੀਡੀਓ ਅਸੀਂ ਆਦੇ ਆਫਿਸ ਤੇ ਮੇਰਾ ਮਤਲਬ ਕਿ ਦੁਕਾਨ ਤੇ ਵੀ ਬਣਾਈਆਂ ਨੇ ਠੀਕ ਹੈ ਤੇ ਅੱਜ ਇਸ ਜਗ੍ਹਾ ਤੇ ਲਿਆਉਣ ਦਾ ਮੇਨ ਮਕਸਦ ਸਾਡਾ ਇਹ ਹੈ ਕਿ ਜਿਹੜਾ ਮੇਰਾ ਅਲੀ ਭਾਈ ਹੈ ਛੋਟਾ ਜਿਹੜੀ ਭਾਈ ਉਹਦੀ ਤਬੀਅਤ ਕਾਫੀ ਸਾਰੀ ਐਫ ਸੈਟ ਹੈਗੀ ਹੈ ਮਤਲਬ ਕਿ ਉਸੇ ਪਰੇਸ਼ਾਨੀ ਚ ਹੈਗਾ ਤੇ ਇਸ ਜਗ੍ਹਾ ਤੇ ਮੈਂ ਲੈਂਦਾ ਚਲੋ ਖੁੱਲਾ ਮਾਹੌਲ ਵੇਖ ਕੇ ਤੇ ਕੁਝ ਤਬੀਅਤ ਸੈੱਟ ਹੋ ਜਾਸੇ ਨਾਲੇ ਤੁਹਾਡੇ ਇਹ ਖੁੱਲ੍ਹੀ ਜਗ੍ਹਾ ਹੈ ਨਾਲੇ ਦੋਸਤਾਂ ਭਰਾਵਾਂ ਦੀਆਂ ਦੁਆਵਾਂ ਵੀ ਇੱਥੇ ਆਵਣ ਗਿਆ ਜ਼ਰੂਰ ਅਲੀ ਭਾਈ ਨੂੰ ਤੇ ਤੁਸੇ ਦੁਆ ਕੀਤੀ ਕਰੋ ਸਾਡੇ ਹੱਕ ਅਸੀਂ ਅਗਰ ਸਿਹਤ ਹੈ ਤੇ ਸਭ ਕੁਝ ਹੈ ਅਗਰ ਸਿਹਤਮੰਦ ਰਹੇ ਤੇ ਨਵੀਆਂ ਤੋਂ ਨਵੀਆਂ ਸੇ ਵੀਡੀਓ ਇਨਸ਼ਾਅੱਲਾ ਤੁਹਾਡੇ ਵਾਸਤੇ ਲਿਆਦੇ ਰਵਾਂਗੇ ਤੇ ਨਾਲੇ ਸਾਡਾ ਦੂਸਰਾ ਚੈਨਲ ਤੁਹਾਨੂੰ ਪਤਾ ਆ ਆਟੋ ਫਨ ਟੀਵੀ ਉੰਦੇ ਤੇ ਵੀ ਅਸੀਂ ਵੀਡੀਓ ਕਾਫੀ ਸਾਰੀਆਂ ਅਪਲੋਡ ਕਰਨੇ ਆ ਬਹੁਤ ਸਾਰੀਆਂ ਮਜ਼ੇਦਾਰ ਉੰਦੇ ਤੇ ਵੀਡੀਓ ਅਸੀਂ ਅਪਲੋਡ ਕਰਨੇ ਆ ਉੰਦੇ ਤੇ ਵੀ ਸਾਡਾ ਕੰਮ جاری ਹੈ ਤੇ ਅੱਜ ਦੀ ਵੀਡੀਓ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਵਾਂਗਾ ਕਿਆ ਤੁਸੀਂ ਵੇਂਦੇ ਪੈ ਮੇਰੇ ਅੱਗੇ ਮੰਡੀ ਲੱਗੀ ਪਈ ਹੈ ਹਾਰਨਾਂ ਦੀ ਠੀਕ ਹੈ ਛੋਟੇ ਵਿਹਾਰਨ ਇਹਦੇ ਵਿੱਚ ਵੱਡੇ ਵੱਡੇ ਹਾਰਨ ਨੇ ਕਾਫੀ ਵੱਡੇ ਵੱਡੇ ਵੱਡੀਆਂ ਵੱਡੀਆਂ ਚੀਜ਼ਾਂ ਦੇ ਹਾਰਨ ਹੈ ਨੇ ਇਹਦੇ ਵਿੱਚ ਤੇ ਇਹ ਹਾਰਨ ਜਨਾਬ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹ ਮੈਂ ਲੈ ਕੇ ਕਿਉਂ ਹਾਜ਼ਰ ਹੋਇਆ ਕਿ ਕਾਫੀ ਸਾਰੇ ਕਾਰੀਗਰ ਜਿਹੜੇ ਨੇ ਉਹ ਲੋਕਾਂ ਨੂੰ ਬੇਵਕੂਫ ਬਣਾ ਦੇਣ ਕਿ ਹਾਰਨ ਠੀਕ ਹੁੰਦਾ ਹੈ ਲੇਕਿਨ ਪਾਣੀ ਪੈ ਗਿਆ ਜਾਂ ਕੋਈ ਮਸਲਾ ਬਣ ਗਿਆ ਉਹਦੀ وجہ ਤੋਂ ਹਾਰਨ ਚੱਲ ਨਹੀਂ ਸਕਦਾ ਅਸਲ ਮੈਂ ਚੀਜ਼ ਇਹ ਹੈ ਕਿ ਹਰਨ ਤੁਹਾਡਾ ਠੀਕ ਹੈ ਲੇਕਿਨ ਕੋਈ ਮਾੜਾ ਮੋਟਾ ਵਿੱਚ ਹੁੰਦੇ ਵਾਦਾ ਗਾਟਾ ਹੋ ਗਿਆ ਹੈ ਉਹ ਤੁਸੀਂ ਖੁਦ ਕਰ ਸਕਦੇ ਜੇ ਉਹ ਕਿਸ ਤਰ੍ਹਾਂ ਕਰ ਸਕਦੇ ਜੇ ਇਹ ਮੈਂ ਇਹ ਇਹ ਆਮ ਮੋਟਰਸਾਈਕਲਾਂ 'ਚ ਫਾਲਟ ਆਂਦਾ ਹੈ ਕਿ ਕਾਫੀ ਲੋਗ ਡੈਗ ਸਰਵਿਸ ਕਰਾਉਂਦੇ ਨੇ ਜਾਂ بارش ਦਾ ਪਾਣੀ ਪੈ ਜਾਂਦਾ ਹੈ ਉਸ ਤੋਂ ਬਾਅਦ ਹਰਨ ਖਰਾਬ ਹੋ ਜਾਂਦੇ ਨੇ ਉਹਨਾਂ ਦੀ ਨਜ਼ਰ ਤੇ ਕਾਰੀਗਰ ਜਿਹੜੇ ਨੇ ਉਹਨਾਂ ਦੀ ਨਜ਼ਰ ਕਿ ਹਰਨ ਹੁੰਦਾ ਠੀਕ ਹੈ ਲੇਕਿਨ ਤੁਹਾਡੀ ਨਜ਼ਰ ਜੇ ਕਾਰੀਗਰ ਨੇ ਕਹਤਾ ਹੈ ਵੀ ਹਰਨ ਖਰਾਬ ਹੈ ਤੁਸੀਂ ਮੰਨ ਲਿਆ ਕਿ ਹਰਨ ਖਰਾਬ ਹੈ ਲੇਕਿਨ ਹਟਾ ਦੋ ਇਹਨਾਂ ਸਾਰੀਆਂ ਗੱਲਾਂ ਨੂੰ ਸਾਈਡ ਤੇ ਰੱਖ ਦੋ ਇਹ ਸਾਰਾ ਝੂਠ ਹੈ ਤੁਹਾਡਾ ਬ੍ਰਾਹਮੋਨੋਟਾਈਜ਼ ਘੁੜਾੜਾ ਹੈ ਅੱਜ ਤੁਹਾਨੂੰ ਘਰ ਬੈਠੇ ਬਿਠਾਏ ਤੁਸੀਂ ਉਹ ਹੀ ਖਰਾਬ ਆ ਰਹਨ ਕਿਸ ਤਰ੍ਹਾਂ ਠੀਕ ਕਰ ਸਕਦੇ ਜੇ ਇਹ ਮੈਂ ਤੁਹਾਨੂੰ ਤਰੀਕਾ ਕਰ ਦੱਸਾਂਗਾ ਕਿ ਮੇਰੇ ਕੋਲ ਜਿੰਨੇ ਕੀ ਹਰਨ ਪੈਨ ਹੈ ਮੌਜੂਦ ਇਹ ਸਾਰੇ ਖਰਾਬ ਹਨ ਠੀਕ ਹੈ ਇਹਦੇ ਚ ਜਿਹੜਾ ਤੁਸੀਂ ਹਾਰਨ ਆਖੋਗੇ ਮੈਂ ਉਹ ਤੁਹਾਨੂੰ ਚਲਾ ਕੇ ਵਿਖਾਵਾਂਗਾ ਨਾਲੇ ਦੋਸਤਾਂ ਨੂੰ ਦੱਸਾਂਗਾ ਇਹਦਾ ਤਰੀਕਾ ਕਰਕੇ ਹਾਰਨ ਕਿਸ ਤਰ੍ਹਾਂ ਠੀਕ ਹੋਵੇਗਾ ਹੁਣ ਅਸੀਂ ਜਨਾਬ ਚੱਲਨੇ ਆ ਅੱਗੇ ਕਿ ਮੈਂ ਉਹ ਤੁਹਾਨੂੰ ਦੱਸਣ ਲੱਗਾ ਕਿ ਹਾਰਨ ਕਿਸ ਤਰ੍ਹਾਂ ਸਹੀ ਹੋਣਾ ਹੈ ਖਰਾਬ ਹਾਰਨ ਜਿਹੜਾ ਤੁਹਾਨੂੰ ਕਾਰੀਗਰਾਂ ਨੇ ਕਹਿ ਦਿੱਤਾ ਹੈ ਲੇਕਿਨ ਮੋਨਟਾਈਜ਼ਡ ਹੁੰਦੇ ਆ ਤੁਹਾਨੂੰ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਆ ਇਨਸ਼ਾਅੱਲਾ ਜਿਹੜਾ ਵੀ ਕੰਮ ਤੁਹਾਨੂੰ ਕਰਕੇ ਵਿਖਾਵਾਂਗਾ ਬਿਲਕੁਲ ਤੁਹਾਡੇ ਤਰੀਕੇ ਕਰ ਹੀ ਨਾ ਕਰਕੇ ਵਿਖਾਵਾਂਗਾ ਕਿ ਤੁਸੀਂ ਵੀ ਉਹਨੂੰ ਕਰ ਸਕੋ ਤੇ ਆਸਾਨ ਤਰੀਕਾ ਮੈਂ ਲੈ ਕੇ ਹਾਜ਼ਰ ਹੋਣਾ ਤੇ ਇਹ ਤੁਸੀਂ ਹੁਣ ਚੈੱਕ ਕਰੋ ਕਿ ਹਾਰਾ ਬਿਲਕੁਲ ਖਰਾਬ ਹੈ ਠੀਕ ਹੈ ਇਹ ਵੇਖ ਰਹੇ ਜੇ ਹਾਰ ਖਰਾਬ ਹੈ ਠੀਕ ਹੈ ਇਹ ਕਾਰੀਗਰ ਨੇ ਹਾਰਾ ਖਰਾਬ ਕਰ ਦਿੱਤਾ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਹਾਰਾ ਖਰਾਬ ਹੈ ਲੇਕਿਨ ਇਹ ਥੋੜਾ ਥੋੜਾ ਇਹਦੇ ਵਿੱਚ ਕਰੰਟ ਹੈ ਜਿਹੜਾ ਸਹੀ ਕਾਰੀਗਰ ਹੈ اگر ਤੁਹਾਡਾ ਕੋਈ ਬੇਲੀ ਸੱਜਣ ਜਾਣਕਾਰੀ ਵਾਲਾ ਹੈ ਤਾਂ ਉਹ ਤੁਹਾਨੂੰ ਹਰਨ ਸਹੀ ਕਰਕੇ ਦੇਵੇਗਾ ورنہ ਕਾਰੀਗਰ ਤੁਹਾਨੂੰ ਨਮਾਈ પાਕ ਦੇਵੇਗਾ ਇਹ ਹਰਨ ਸਹੀ ਨਹੀਂ ਹੋ ਕਰੇਗਾ ਆ دیکھ لو اندਨਾ ایڈجਸਟਮੈਂਟ ਹੈਗੀ ਇਹਨੂੰ ਤੁਸੀਂ ਥੋੜਾ ਥੋੜਾ ਹਲਕਾ ਹਲਕਾ ਬਾਅਦ کھولنا ہے ٹھیک ہے ਆ ચેક ਕਰ ਲਏ ਨਹੀਂ ਚਲਿਆ ਫਿਰ ਇਹਨੂੰ ਕਸ ਕੇ چیک ਕਰੋ اگر ਖੋਲ ਕੇ ਨਹੀਂ ਚਲਿਆ ਤਾਂ ਫਿਰ ਇਹਨੂੰ ਹਲਕਾ ਹਲਕਾ ਕਸੂ ਅੱਗੇ ਦੀ ਠੀਕ ਹੈ ਕਸਦੇ ਜਾਓ ਕਸਦੇ ਜਾਓ ਠੀਕ ਹੈ ਹੋ ਜਾ ਤੁਸੀਂ ਵੇਖਿਆ ਕਿ ਘੁੜਾੜੇ ਨੇ ਆਰਣ ਤੁਹਾਨੂੰ ਸਹੀ ਕਰਕੇ ਵਿਖਾਇਆ